ਐਤਵਾਰ ਦੇਰ ਰਾਤ ਸੋਸ਼ਲ ਮੀਡੀਆ 'ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਕਿ ਇਹ ਵੀਡੀਓ ਪੰਜਾਬ ਦੇ ਮੋਹਾਲੀ ਸ਼ਹਿਰ ਦੀ ਹੈ, ਜਿੱਥੇ ਦੇਰ ਰਾਤ ਲੋਕ ਮੇਲੇ ਦੇ ਵਿੱਚ ਝੂਲਾ ਝੂਲਣ ਆਏ ਅਤੇ ਝੂਲਾ ਇੱਕਦਮ ਟੁੱਟ ਗਿਆ। ਕਾਫ਼ੀ ਉਚਾਈ 'ਤੇ ਲੱਗੇ ਝੂਲਾ ਜਦੋਂ ਨੀਚੇ ਗਿਰਿਆ ਤਾਂ ਇਸ ਦੇ ਵਿੱਚ ਕਾਫ਼ੀ ਲੋਕ ਸਵਾਰ ਸੀ, ਜਿਨ੍ਹਾਂ ਨੂੰ ਕਾਫ਼ੀ ਸੱਟਾਂ ਆਉਣ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਇਹ ਵੀਡੀਓ ਕਦੋਂ ਦੀ ਹੈ ਇਹ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਪਰ ਝੂਲੇ ਦੇ ਵਿੱਚ ਸਾਫ਼ ਤੌਰ 'ਤੇ ਦਿਖ ਰਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਝੂਲੇ 'ਤੇ ਬੈਠੇ ਸੀਗੇ ਉਹ ਨੀਚੇ ਗਿਰ ਰਹੇ ਅਤੇ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਝੂਲੋਂ ਤੋਂ ਨੀਚੇ ਗਿਰਨ 'ਤੇ ਕਾਫ਼ੀ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹੋਣਗੀਆਂ। ਫਿਲਹਾਲ ਆਓ ਤੁਸੀਂ ਵੀ ਦੇਖੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਝੂਲੇ ਦੇ ਗਿਰਨ ਦੀ ਇਹ ਤਸਵੀਰਾਂ।